ਹੈਲੋ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਦੋਸਤ ਸਾਹਿਲ ਦੋਸਤੋ ਜਿਹੜੇ 7 ਸੁਰਾਂ ਨਾਲ ਪਾ ਕੇ ਪਿਆਰ ਕਰਦੇ ਨੇ ਆਪਣੇ ਸੰਗੀਤਕ ਸਫ਼ਰ ਦਾ ਆਗਾਜ਼ ਉਹਨਾਂ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਣਾ ਹਾਂ ਇਸ ਸ਼ੋਅ ਦੇ ਵਿੱਚ ਨਾਮ ਹੈ ਜਿਸਦਾ ਫਸਟ ਲੁੱਕ ਦੋਸਤੋ ਅੱਜ ਸਾਡੇ ਸ਼ੋਅ ਵਿੱਚ ਸਾਡੀ ਮਹਿਮਾਨ ਹੈ ਲੁਧਿਆਣੇ ਸ਼ਹਿਰ ਦੀ ਉਹ ਮਿੱਠੀ ਆਵਾਜ਼ ਜਿਸ ਨੇ ਇਸ਼ਕ ਕੀਤਾ ਹੈ ਉਸ ਸੱਚੇ ਰੱਬ ਨਾਲ ਅਤੇ ਆਪਣੇ ਗੀਤਾਂ ਨਾਲ ਇਬਾਦਤ ਕੀਤੀ ਹੈ ਉਸ ਸੱਚੇ ਰੱਬ ਦੀ ਜ਼ਰੂਰਤਮੰਦਾਂ ਦੀ ਮਦਦ ਕਰਨਾ ਉਹਨਾਂ ਦਾ ਧਰਮ ਹੈ ਅਤੇ ਹਾਂ ਦੋਸਤੋ ਉਹ ਹੈ ਮਿੱਠੀ ਆਵਾਜ਼ ਦੀ ਮਲਿਕਾ ਜਸਮੀਤ ਕੌਰ ਅਤੇ ਆਓ ਉਹਨਾਂ ਦੇ ਸੰਗੀਤਕ ਸਫ਼ਰ 'ਤੇ ਪਾਉਂਦੇ ਹਾਂ ਫਸਟ ਲੁੱਕ ਸਤਿ ਸ਼੍ਰੀ ਅਕਾਲ ਜਸਮੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਫਸਟ ਲੁੱਕ ਦੇ ਵਿੱਚ ਅੱਜ ਆਪਾਂ ਬਹੁਤ ਸਾਰੀਆਂ ਗੱਲਾਂ ਕਰਾਂਗੇ ਤੁਹਾਡੇ ਕਰੀਅਰ ਦੇ ਬਾਰੇ ਤੁਹਾਡੀ ਲਾਈਫ ਦੇ ਬਾਰੇ ਤੁਹਾਡੇ ਸਿੰਗਿੰਗ ਕਰੀਅਰ ਦੇ ਬਾਰੇ ਤੁਸੀਂ ਆਪਣੇ ਅੰਦਾਜ਼ ਦੇ ਵਿੱਚ ਸ਼ੁਰੂਆਤ ਕਰਨਾ ਚਾਹੁੰਦੇ ਸੀ ਅਤੇ ਮੈਂ ਚਾਹੂੰਗਾ ਤੁਸੀਂ ਉਸੇ ਤਰ੍ਹਾਂ ਸ਼ੁਰੂਆਤ ਕਰੋ ਮੈਂ ਆਪਣੀ ਗੱਲ ਇਬਾਦਤ ਦੇ ਕੁਛ ਬੋਲਾਂ ਤੋਂ ਸ਼ੁਰੂ ਕਰਨਾ ਚਾਹਾਂਗੀ ਮੇਰੀ ਰੂਹ 'ਚ ਵੱਜਦਾ ਹੈ ਨਾਦ ਅਨਾਹਤ ਕੋਈ ਅਤੇ ਲੋਕ ਕਹਿੰਦੇ ਨੇ ਸ਼ੌਕ ਹੈ ਤੁਹਾਨੂੰ ਗਾਉਣ ਦਾ ਗੁਪ ਚੁੱਪ ਚੱਲਦਾ ਹੈ ਇਹ ਸਾਹਾਂ ਨਾਲ ਕਿਸ ਤਰ੍ਹਾਂ ਦੱਸਾਂ ਇਹ ਕਿ ਸ਼ੌਕ ਨਹੀਂ ਹੈ ਇਹ ਤਾਂ ਮੇਰਾ ਰਸਤਾ ਹੈ ਉਸ ਤੱਕ ਆਪਣੀ ਗੱਲ ਪਹੁੰਚਾਉਣ ਦਾ ਉੱਡਦੀ ਫਿਰਦੀ ਕੂਕਦੀ ਹਾਕਾ ਮਾਰਦੀ ਹਾਂ ਪਲ ਪਲ ਮੈਂ ਮੇਰਾ ਗੀਤ ਤੁਹਾਡੇ ਲਈ ਭਾਵੇਂ ਸੰਗੀਤ ਹੀ ਹੋਵੇ ਪਰ ਸੱਚ ਜਾਣਿਓ ਮੈਨੂੰ ਇਹੋ ਰਸਤਾ ਦੱਸਿਆ ਹੈ ਉਸ ਸੱਚੀ ਕਰੀ ਆਉਣ ਵਾਹ ਜੀ ਵਾਹ ਕੀ ਬਾਤ ਹੈ ਜੀ ਸੋ ਤੁਸੀਂ ਆਪਣੇ ਗੀਤਾਂ ਨਾਲ ਇਬਾਦਤ ਕੀਤੀ ਹੈ ਸੱਚੇ ਰੱਬ ਨਾਲ ਅਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਅੱਜ ਇੱਥੇ ਆਏ ਹੋ ਸਭ ਤੋਂ ਪਹਿਲਾਂ ਜਸਮੀਤ ਜੀ ਇਹ ਦੱਸੋ ਕਿ ਕਿਸ ਤਰ੍ਹਾਂ ਸ਼ੁਰੂਆਤ ਹੋਈ ਕਦੋਂ ਸੋਚਿਆ ਕਿ ਮੈਨੂੰ ਸਿੰਗਿੰਗ ਕਰਨੀ ਚਾਹੀਦੀ ਬਚਪਨ ਤੋਂ ਹੀ ਪਰਮਾਤਮਾ ਨੇ ਆਵਾਜ਼ ਦਿੱਤੀ ਸੀ ਔਰ ਸਕੂਲ ਕਾਲਜ ਦੇ ਟਾਈਮ 'ਤੇ ਮੈਂ ਬਹੁਤ ਹਰ ਜਗ੍ਹਾ 'ਤੇ ਕੰਪੀਟੀਸ਼ਨ ਵਿੱਚ ਜਾਂਦੀ ਰਹੀ ਗਾਉਂਦੀ ਰਹੀ ਸ਼ਾਦੀ ਦੇ ਬਾਅਦ ਇਹ ਸਿਲਸਿਲਾ ਕੁਝ ਸਾਲਾਂ ਲਈ ਥੰਮ ਗਿਆ ਅਤੇ ਮੈਨੂੰ ਕਿਤੋਂ ਅੰਦਰੋਂ ਇੰਝ ਜਾਪਦਾ ਸੀਗਾ ਕਿ ਸ਼ਾਇਦ ਕੋਈ ਓਪਰਚੁਨਿਟੀ ਮੇਰੇ ਕੋਲੋਂ ਲਾਈਫ ਵਿੱਚ ਮਿਸ ਹੋ ਰਹੀ ਹੈ ਤਾਂ ਮੈਂ ਕਈ ਵਾਰੀ ਇਸ ਗੱਲ ਨੂੰ ਲੈ ਕੇ ਥੋੜ੍ਹਾ ਅਪਸੈਟ ਵੀ ਹੋ ਜਾਣਾ ਦੁਖੀ ਵੀ ਹੋ ਜਾਣਾ ਪਰ ਮੈਨੂੰ ਬਹੁਤ ਬਾਅਦ ਵਿੱਚ ਇਸ ਗੱਲ ਨੂੰ ਇਹ ਗੱਲ ਸਮਝ ਆਈ ਕਿ ਇਹ ਓਪਰਚੁਨਿਟੀ ਨਹੀਂ ਸੀਗੀ ਇਹ ਪਰਮਾਤਮਾ ਨੇ ਮੈਨੂੰ ਸੰਭਾਲ ਕੇ ਰੱਖਿਆ ਸੀ ਕਿੰਨਾ ਹੋਰਾਂ ਕੰਮਾਂ ਵਾਸਤੇ ਤੇ ਉਹ ਕੰਮ ਹੁਣ ਬਾਖੂਬੀ ਮੇਰੀ ਜ਼ਿੰਦਗੀ ਵਿੱਚ ਬਹੁਤ ਰਫਤਾਰ ਦੇ ਨਾਲ ਚੱਲ ਰਹੇ ਨੇ ਕੀ ਬਾਤ ਹੈ ਵੈਰੀ ਨਾਈਸ ਪਰ ਜੇ ਬਚਪਨ ਦੀ ਆਪਾਂ ਗੱਲ ਕਰੀਏ ਤੁਹਾਡੇ ਬਚਪਨ ਤੁਹਾਡਾ ਪੰਜਾਬ ਦੇ ਵਿੱਚ ਗੁਜ਼ਰਿਆ ਪੈਦਾਇਸ਼ ਪਟਨਾ ਦੀ ਹੈ ਔਰ ਹਾਂਜੀ ਮੈਂ ਉੱਥੋਂ ਹੀ ਪੱਲੀਵਦੀ ਸਕੂਲਿੰਗ ਕਾਲਜ ਮੇਰਾ ਉੱਥੋਂ ਹੋਇਆ ਅੱਛਾ ਪਟਨਾ ਇੱਕ ਡਿਫਰੈਂਟ ਸਟੇਟ ਹੈ ਉਸ ਵਿੱਚ ਤੁਸੀਂ ਪੰਜਾਬੀਅਤ ਨੂੰ ਕਿਸ ਤਰ੍ਹਾਂ ਸੰਭਾਲ ਕੇ ਰੱਖਿਆ ਸਕੂਲ ਕਾਲਜ ਵਿੱਚ ਤਾਂ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਸੀ ਜਿਸ ਨਾਲ ਪੰਜਾਬੀਅਤ ਦੀ ਅਸੀਂ ਕੋਈ ਗੱਲ ਕਰ ਸਕੀਏ ਪਰ ਲੋਕ ਗੀਤਾਂ ਰਾਹੀਂ ਹਮੇਸ਼ਾ ਪੰਜਾਬੀ ਵੀ ਗਾਣਾ ਬਹੁਤ ਚੰਗਾ ਲੱਗਦਾ ਸੀ ਇਹ ਜ਼ਰੂਰ ਸੀਗਾ ਕਿ ਉੱਥੇ ਗੀਤ ਸੰਗੀਤ ਦੀ ਤਾਲੀਮ 'ਤੇ ਬੜੀ ਤਵੱਜੋ ਦਿੱਤੀ ਜਾਂਦੀ ਸੀ ਜਿਹੜੀ ਅੱਜ ਮੇਰੇ ਕੋਲ ਲੈਂਗੁਏਜ ਹੈ ਭਾਸ਼ਾ ਹੈ ਕਿਸੇ ਨਾ ਕਿਸੇ ਰੂਪ ਵਿੱਚ ਉੱਥੋਂ ਹੀ ਉਹਦੀ ਸ਼ੁਰੂਆਤ ਹੋਈ ਕੀ ਬਾਤ ਹੈ ਜੀ ਤੁਸੀਂ ਤਾਲੀਮ ਦੀ ਗੱਲ ਕੀਤੀ ਹੈ ਗੀਤ ਸੰਗੀਤ ਦੀ ਤਾਲੀਮ ਉੱਥੇ ਦਿੱਤੀ ਜਾਂਦੀ ਸੀ ਗੱਲ ਕਰਦੇ ਹਾਂ ਇਸ ਦੇ ਬਾਰੇ ਕਿ ਤੁਸੀਂ ਕਿੰਨਾ ਤੋਂ ਸੰਗੀਤ ਦੀ ਤਾਲੀਮ ਲਿੱਤੀ ਬੜੇ ਅੱਛੇ ਉਸਤਾਦ ਪ੍ਰੋਫੈਸਰ ਚਮਨ ਲਾਲ ਪੱਲਾ ਜੀ ਉਹਨਾਂ ਕੋਲੋਂ ਮੈਂ ਬਾਦਸਤੂਰ ਤਾਲੀਮ ਲੈ ਰਹੀ ਹਾਂ ਬਹੁਤ ਸਾਲਾਂ ਤੋਂ ਜਿਹੜੀ ਹੁਣੇ ਵੀ ਜਾ ਰਹੀ ਹੈ ਅੱਛਾ ਹੁਣੇ ਵੀ ਜਾ ਰਹੀ ਹੈ ਜੀ ਬਿਲਕੁਲ ਕਿਉਂਕਿ ਸੰਗੀਤ ਤੇ ਇੱਕ ਸਫ਼ਰ ਹੈ ਇਸ ਦੀ ਕੋਈ ਮੰਜ਼ਿਲ ਨਹੀਂ ਕੀ ਬਾਤ ਹੈ ਜੀ ਸਾਨੂੰ ਇਹ ਵੀ ਸੁਣਨ ਨੂੰ ਮਿਲਿਆ ਕਿ ਤੁਸੀਂ ਸੰਗੀਤ ਦੇ ਨਾਲ ਨਾਲ ਲਿਖਦੇ ਵੀ ਹੋ ਤੁਹਾਡੀ ਆਲਰੇਡੀ 2 ਬੁੱਕਸ ਮਾਰਕੀਟ ਦੇ ਵਿੱਚ ਆ ਚੁੱਕੀਆਂ ਨੇ ਸਾਨੂੰ ਇਸ ਦੇ ਬਾਰੇ ਦੱਸੋ ਕਿ ਤੁਹਾਨੂੰ ਕੀ ਲਿਖਣ ਦਾ ਸ਼ੌਂਕ ਹੈ ਅਤੇ ਜਿਹੜਾ ਤੁਸੀਂ ਪਹਿਲਾਂ ਲਿਖਿਆ ਜੋ ਮਾਰਕੀਟ ਦੇ ਵਿੱਚ ਤੁਸੀਂ ਲੈ ਕੇ ਆਏ ਉਹ ਕੀ ਸੀ ਕਿਸ ਦੇ ਬਾਰੇ ਸੀ ਜਿਹੜੀ ਪਹਿਲੀ ਕਿਤਾਬ ਸੀਗੀ ਉਹ ਸੀਗੀ ਇੱਕ ਚਿੱਠੀ ਆਪਣਿਆਂ ਦੇ ਨਾਂ ਔਰਤਾਂ ਦੇ ਪ੍ਰਤੀ ਕਹਾਣੀਆਂ ਸੀਗੀਆਂ ਛੋਟੀਆਂ ਛੋਟੀਆਂ ਕਹਾਣੀਆਂ ਹੋਰ ਵੀ ਬੜੇ ਸਾਰੇ ਟੌਪਿਕ ਸੀਗੇ ਔਰਤਾਂ ਦੇ ਪ੍ਰਤੀ ਮਤਲਬ ਔਰਤਾਂ ਦੇ ਪ੍ਰਤੀ ਵੀ ਦੇਖੋ ਮੇਰੀ ਜਿਹੜੀ ਸੋਚ ਹੈ ਮੈਂ ਦੇਖਦੀ ਹਾਂ ਰੱਬ ਵੱਲੋਂ ਹੀ ਹਮੇਸ਼ਾ ਪੋਜ਼ਿਟਿਵ ਹੈਗੀ ਹੈ ਕਹਾਣੀਆਂ ਦਾ ਅੰਤ ਮੈਂ ਹਮੇਸ਼ਾ ਹੀ ਦੇਖਿਆ ਕਿ ਜਿੰਨਾ ਵੀ ਸੰਘਰਸ਼ ਹੋਵੇ ਲਾਈਫ ਵਿੱਚ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਹੀ ਮੇਰੇ ਕੋਲੋਂ ਲਿਖਿਆ ਗਿਆ ਇਸ ਤਰ੍ਹਾਂ ਉਹ ਕਹਾਣੀਆਂ ਸੀਗੀਆਂ ਔਰ ਜਿਹੜੀ ਦੂਸਰੀ ਕਿਤਾਬ ਹੈ ਚਮਕਣ ਤਾਰੇ ਉਹਦੇ ਵਿੱਚ ਅਲੱਗ ਅਲੱਗ ਟੌਪਿਕਸ ਨੇ ਜਿਸ ਤਰ੍ਹਾਂ ਇੱਕ ਕਹਾਣੀ ਸੀਗੀ ਹੂਕ ਉਹ ਕਸ਼ਮੀਰ ਆਤਵਾਦ 'ਤੇ ਔਰ ਫਿਤਰਤ ਉਹ ਪਾਕਿਸਤਾਨ ਦੇ ਇੱਕ ਲਹਿੰਦੇ ਪਾਸੇ ਦੀ
ਜਿਹੜਾ ਜਿਸ ਤਰ੍ਹਾਂ ਦਾ ਔਰਤਾਂ ਨਾਲ ਵਰਤਾਰ ਅੱਜ ਵੀ ਹੁੰਦਾ ਹੈ। ਸੋ ਤੁਸੀਂ ਮਤਲਬ ਇਹ ਹੈ ਕਿ ਜੋ ਔਰਤਾਂ ਦੇ ਰਿਲੇਟਡ ਟੌਪਿਕਸ ਨੇ ਉਹਨਾਂ ਨੂੰ ਤੁਸੀਂ ਲੈ ਕੇ ਇਸ ਬੁੱਕਸ ਦੇ ਵਿੱਚ ਚੱਲੇ ਹੋ ਜਾਂ ਸੋਸ਼ਲਾਈਜ਼ ਜੋ ਟੌਪਿਕਸ ਹੁੰਦੇ ਨੇ ਉਹਨਾਂ ਨੂੰ ਲੈ ਕੇ ਤੁਸੀਂ ਇਹਨਾਂ ਬੁੱਕਸ ਜੀ ਬਿਲਕੁਲ ਸੋਸ਼ਲ ਜਿਹੜੇ ਮੈਟਰਸ ਨੇ ਅੱਜ ਦੇ ਟਾਈਮ ਦੇ ਕਰੰਟ ਮੈਟਰਸ ਨੇ ਜਿਹੜੇ ਯੰਗਸਟਰਸ ਦੀਆਂ ਪ੍ਰੋਬਲਮਸ ਨੇ ਨਸ਼ਿਆਂ 'ਤੇ ਵੇ ਭਰੂਣ ਹੱਤਿਆ ਵੇ ਔਰ ਸਾਨੂੰ ਔਰਤਾਂ ਨੂੰ ਵੀ ਆਜ਼ਾਦੀ ਤਾਂ ਅਸੀਂ ਮੰਗਦੇ ਹਾਂ ਪਰ ਉਹਨੂੰ ਸੰਭਾਲ ਕੇ ਕਿਸ ਤਰ੍ਹਾਂ ਰੱਖਣਾ ਹੈ ਇਸ ਦੀਆਂ ਲੋੜਾਂ 'ਤੇ ਗੱਲਬਾਤ ਹੋਈ ਹੈ ਔਰ ਇਹ ਸਾਰਾ ਕੁਝ ਸਹਿ ਸੁਭਾਵਿਕ ਹੀ ਹੁੰਦਾ ਹੈ। ਪੋਇਟਰੀ ਔਰ ਕਹਾਣੀ ਲਿਖਣ ਵੇਲੇ ਮੈਨੂੰ ਇੱਦਾਂ ਲੱਗਦਾ ਕਿ ਮੈਂ ਸਿਰਫ ਇੱਕ ਮੈਸੇਂਜਰ ਹਾਂ ਇੱਕ ਚੀਜ਼ ਆਉਂਦੀ ਹੈ ਔਰ ਉਹ ਬਸ ਲਿਖਵਾ ਕੇ ਚਲੀ ਜਾਂਦੀ ਹੈ। ਕੀ ਬਾਤ ਹੈ ਜੀ, ਕੀ ਬਾਤ ਹੈ, ਵੈਰੀ ਨਾਈਸ, ਵੈਰੀ। ਆਈ ਆਲਸੋ ਇੰਜੋਏ। ਜੋ ਤੁਹਾਡੀ ਪਹਿਲੀ ਐਲਬਮ ਸੀ ਹਰ ਜੀਓ ਕਿਰਪਾ ਕਰੋ, ਇਸ ਐਲਬਮ ਦੇ ਬਾਰੇ ਸਾਨੂੰ ਦੱਸੋ। ਸ਼ਬਦ ਗੁਰਬਾਣੀ ਤੇ ਆਧਾਰਿਤ ਐਲਬਮ ਸੀ ਜੀ ਹਰ ਜੀਓ ਕਿਰਪਾ ਕਰੋ, ਜਿਸ ਦੇ ਵਿੱਚ 6 ਸ਼ਬਦ ਸੀਗੇ ਤੇ ਮੇਰੇ ਦਿਲ ਨੂੰ ਬੜੇ ਛੂੰਹਦੇ ਹੋਏ। ਓਕੇ ਜੀ। ਸ਼ਬਦ ਗੁਰਬਾਣੀ ਤਾਂ ਬਹੁਤ ਹੀ ਮਿੱਠੀ ਹੈ ਪਰ ਇਹਦੇ ਵਿੱਚ ਜਿਹੜੇ ਸ਼ਬਦ ਨੇ ਉਹ ਮੇਰੇ ਦਿਲ ਦੇ ਬੜੇ ਕਰੀਬ। ਕੀ ਬਾਤ ਹੈ। ਤੁਹਾਡੀ ਲਾਈਫ ਦੇ ਵਿੱਚ ਜਾਂ ਤੁਹਾਡੇ ਕੇਸ ਦੇ ਵਿੱਚ ਜੇ ਅਸੀਂ ਪੁੱਛੀਏ ਤੁਹਾਡੇ ਘਰਦੇ ਨੇ ਤੁਹਾਨੂੰ ਕਿੰਨਾ ਕੁ ਸਪੋਰਟ ਕੀਤਾ ਇਸ ਦੇ ਲਈ? ਮੈਨੂੰ ਬਹੁਤ ਸਪੋਰਟ ਮਿਲੀ ਸਪੈਸ਼ਲੀ ਆਪਣੇ ਹਸਬੈਂਡ ਤੇ ਆਪਣੇ ਬੱਚਿਆਂ ਕੋਲੋਂ। ਤੁਹਾਨੂੰ ਇੱਕ ਵਾਕਿਆ ਦੱਸਣਾ ਚਾਹਾਂਗੀ ਕਿ ਜਦ ਇੱਕ ਵਾਰ ਮੈਂ ਰਿਆਜ਼ ਕਰ ਰਹੀ ਸੀ ਔਰ ਗਾ ਰਹੀ ਸੀ ਤੇ ਮੇਰੇ ਮਦਰ ਇਨ ਲਾਅ ਮੇਰੇ ਕੋਲ ਆ ਕੇ ਬੈਠੇ। ਅੱਛਾ ਜੀ। ਉਹਨਾਂ ਨੇ ਇੱਕ ਦੇ ਬਾਅਦ 4 ਕਾਫੀਆਂ ਸੁਣੀਆਂ। ਅੱਛਾ ਜੀ। ਤੇ ਜਦੋਂ ਉੱਠੇ ਤਾਂ ਰੋਣ ਲੱਗ ਗਏ ਔਰ ਮੇਰਾ ਮੱਥਾ ਚੁੰਮ ਕੇ ਉਹਨਾਂ ਨੇ ਕਿਹਾ ਕਿ ਤੇਰੀ ਗੱਲ ਰੂਹ 'ਤੇ ਲੱਗਦੀ ਹੈ। ਕੀ ਬਾਤ ਹੈ ਜੀ। ਤੇ ਮੈਨੂੰ ਬਹੁਤ ਅੱਛਾ ਲੱਗਿਆ। ਕੀ ਬਾਤ। ਔਰ ਮੈਨੂੰ ਲੱਗਿਆ ਕਿ ਇਹ ਜਿਹੜਾ ਰਸਤਾ ਹੈ ਠੀਕ ਹੈ। ਜਸਮੀਤ ਜੀ, ਗੱਲਾਂ ਤਾਂ ਬਹੁਤ ਸਾਰੀਆਂ ਹੋ ਗਈਆਂ ਨੇ, ਤੁਹਾਡੀ ਨਵੀਂ ਐਲਬਮ ਦੇ ਬਾਰੇ ਵੀ ਅਸੀਂ ਗੱਲਾਂ ਕਰਾਂਗੇ, ਬਟ ਉਸ ਤੋਂ ਪਹਿਲਾਂ ਕੁਝ ਸੁਣਨਾ ਚਾਹਾਂਗੇ ਤੁਹਾਡੇ ਤੋਂ। ਜ਼ਰੂਰ ਜੀ। ਇਹ ਨਵੀਂ ਐਲਬਮ ਦਾ ਹੀ ਟਾਈਟਲ ਗੀਤ ਹੈ, ਜਿਹੜੀਆਂ 2 ਲਾਈਨਾਂ ਮੈਂ ਤੁਹਾਨੂੰ ਸੁਣਾਉਂਦੀ ਹਾਂ। ਅਲੀ ਮੌਲਾ ਸੁਨ ਜ਼ਰਾ, ਅਲੀ ਮੌਲਾ ਦੇ ਦੇ ਦੁਆ, ਇਸ਼ਕ ਮੇ ਹੀ ਦਮ ਯੇ ਨਿਕਲੇ ਕਰ ਕਬੂਲ ਸਦਾ, ਅਲੀ ਮੌਲਾ ਸੁਨ ਜ਼ਰਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਵਾਕਈ ਜੀ, ਜਦੋਂ ਉਸ ਸੱਚੇ ਰੱਬ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਇੱਕ ਮਜ਼ਾ ਹੀ ਅਲੱਗ ਹੁੰਦਾ ਹੈ। ਬਿਲਕੁਲ ਜੀ ਜਸਮੀਤ ਜੀ, ਬਹੁਤ ਮਜ਼ਾ ਆਇਆ, ਬਹੁਤ ਅੱਛਾ ਤੁਸੀਂ ਸਾਨੂੰ ਸੁਣਾਇਆ ਅਤੇ ਹੁਣ ਬਹੁਤ ਸਾਰੀਆਂ ਗੱਲਾਂ ਵੀ ਕਰਨੀਆਂ ਤੁਹਾਡੀ ਨਵੀਂ ਐਲਬਮ ਦੇ ਬਾਰੇ। ਪਰ ਦੋਸਤੋ, ਵੇਲਾ ਹੋ ਗਿਆ ਜੀ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਜੀ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਫਸਟ ਲੁੱਕ ਦੇ ਵਿੱਚ। ਸਾਡੇ ਨਾਲ ਅੱਜ ਮੌਜੂਦ ਨੇ ਜਸਮੀਤ ਕੌਰ ਜੀ ਅਤੇ ਹੁਣ ਅਸੀਂ ਗੱਲ ਕਰਾਂਗੇ ਉਹਨਾਂ ਦੀ ਨਵੀਂ ਐਲਬਮ ਇਸ਼ਕ ਇਬਾਦਤ ਦੇ ਬਾਰੇ। ਇਸ ਦਾ ਟਾਈਟਲ ਕੀ ਸੋਚ ਕੇ ਰੱਖਿਆ ਤੁਸੀਂ? ਇਸ਼ਕ ਦੀ ਰਵਾਨਗੀ ਰੱਬ ਖੁਦਾ ਦੇ ਪ੍ਰਤੀ ਮੇਰੇ ਮਨ ਵਿੱਚ ਚੱਲੀ ਜਾਂਦੀ ਹੈ ਅਤੇ ਉਹ ਮੈਨੂੰ ਬੜੀ ਐਨਰਜੀ ਵੀ ਦੇ ਜਾਂਦੀ ਹੈ ਔਰ ਬਹੁਤ ਖੁਸ਼ੀ ਵੀ। ਔਰ ਮੇਰਾ ਹਰ ਕੰਮ ਇਬਾਦਤ ਦੀ ਤਰ੍ਹਾਂ ਹੀ ਹੁੰਦਾ। ਇਹ ਬਸ ਨਾ ਇਸ ਤਰ੍ਹਾਂ ਹੀ ਆਇਆ ਮੇਰੇ ਮਨ ਵਿੱਚ। ਪਹਿਲਾਂ ਵੀ ਜਿਹੜਾ ਮੈਂ ਸ਼ੋਅ ਕੀਤਾ ਸੋਲੋ ਸ਼ੋਅ, ਉਸਦਾ ਨਾਂ ਵੀ ਇਸ਼ਕ ਇਬਾਦਤ ਸੀ। ਕੀ ਬਾਤ। ਅਤੇ ਅੱਗੇ ਵੀ ਮੇਰੇ ਜਿੰਨੇ ਕੰਮ ਆਉਣਗੇ ਉਹ ਇਸੇ ਟਾਈਟਲ ਤਹਿਤ ਆਉਣਗੇ। ਜਸਮੀਤ ਜੀ, ਜਿਵੇਂ ਕਿ ਸਾਨੂੰ ਪਤਾ ਕਿ ਤੁਸੀਂ ਲਿਖਦੇ ਹੋ, ਜੇ ਤੁਹਾਡੀ ਐਲਬਮ ਦੇ ਬਾਰੇ ਗੱਲ ਕਰੀਏ ਕਿੰਨੇ ਇਸ ਦੇ ਵਿੱਚ ਗੀਤ ਨੇ? ਇਹਦੇ ਵਿੱਚ 6 ਗੀਤ ਨੇ। ਓਕੇ। 3 ਹਿੰਦੀ ਔਰ 3 ਪੰਜਾਬੀ। ਅੱਛਾ ਜੀ। 3 ਹਿੰਦੀ 3 ਪੰਜਾਬੀ ਤੁਸੀਂ ਫਲੇਵਰ ਲੈ ਕੇ ਆਏ, ਕੀ ਸੋਚ ਕੇ ਲੈ ਕੇ ਆਏ ਹੋ ਤਾਂ ਕਿ ਜਿੰਨੀ ਆਡੀਅੰਸ ਹੈ ਕਈਆਂ ਨੂੰ ਪੰਜਾਬੀ ਨਹੀਂ ਸਮਝ ਆਉਂਦੀ ਉਹਨਾਂ ਨੂੰ ਹਿੰਦੀ, ਉਹਨਾਂ ਲਈ ਅਸੀਂ ਹਿੰਦੀ ਫਲੇਵਰ ਲੈ ਕੇ ਆਏ, ਇਹ ਸੋਚੀ ਹੈ ਵੈਸੇ ਜੋ ਅੰਦਰੋਂ ਨਿਕਲਿਆ ਉਹੀ ਪੇਸ਼ ਹੋਇਆ। ਇਸ ਵਿੱਚ ਰਵਿੰਦਰ ਸਿੰਘ ਜੀ ਜਿਹੜੇ ਕਿ ਮਿਊਜ਼ਿਕ ਡਾਇਰੈਕਟਰ ਨੇ, ਕੰਪੋਜ਼ਰ ਨੇ, ਉਹਨਾਂ ਦਾ ਵੀ ਬਹੁਤ ਵੱਡਾ ਹੱਥ ਹੈ। ਬਿਲਕੁਲ ਜੀ, ਕਿਉਂਕਿ ਇੱਕ ਐਲਬਮ ਦੇ ਵਿੱਚ ਇੱਕ ਗੀਤ ਦੇ ਵਿੱਚ ਮਿਊਜ਼ਿਕ ਦਾ ਬਹੁਤ ਵੱਡਾ ਰੋਲ ਹੁੰਦਾ, ਉਹੀ ਹੁਣ ਤੁਸੀਂ ਮਿਊਜ਼ਿਕ ਡਾਇਰੈਕਟਰ ਦੇ ਬਾਰੇ ਗੱਲ ਕਰ ਰਹੇ ਹੋ, ਦੱਸੋ ਜੀ। ਕੁਝ ਲਿਰਿਕਸ ਮੇਰੇ ਕੋਲੋਂ ਪਹਿਲਾਂ ਦੇ ਲਿਖੇ ਹੋਏ ਸੀ, ਕੁਝ ਉਹਨਾਂ ਨੇ ਮੈਨੂੰ ਤੂਨਾ ਦਿੱਤੀਆਂ ਕਿ ਤੁਸੀਂ ਇਹਨਾਂ ਦੇ ਉੱਪਰ ਲਿਰਿਕਸ ਲਿਖੋ। ਅੱਛਾ ਜੀ। ਅਤੇ ਕੁਝ ਇਸ ਤਰ੍ਹਾਂ ਲਿਖੇ ਹੋਏ ਗੀਤਾਂ ਨੂੰ ਗਾਇਆ ਔਰ ਕੁਝ ਜਿਹੜੇ ਉਹਨਾਂ ਨੇ ਧੁਨਾਂ ਦਿੱਤੀਆਂ ਉਹਨਾਂ ਦੇ ਉੱਪਰ ਲਿਰਿਕਸ। ਅੱਛਾ ਜੀ। ਉਹਨਾਂ ਨੇ ਮਤਲਬ ਤੁਹਾਨੂੰ ਧੁਨਾਂ ਦਿੱਤੀਆਂ, ਫਿਰ ਉਸ ਤੋਂ ਬਾਅਦ ਤੁਸੀਂ ਲਿਖੇ? ਜੀ ਜੀ, ਕੁਝ ਉਹਨਾਂ ਧੁਨਾਂ ਦੇ ਉੱਪਰ ਕੁਝ ਲਿਖੇ ਗਏ ਗੀਤ ਔਰ ਕੁਝ ਮੈਂ ਤੁਹਾਨੂੰ ਐਜ਼ ਆਈ ਹੈਵ ਟੋਲਡ ਯੂ। ਕਿੰਨਾ ਟਾਈਮ ਲੱਗਿਆ ਇਸ ਚੀਜ਼ ਨੂੰ ਕਰਨ ਦੇ ਲਈ? ਬਸ ਇੱਕ ਮੂਮੈਂਟ ਹੁੰਦਾ ਹੈ, ਇੱਕ ਪਲ ਹੁੰਦਾ ਹੈ। ਬਿਲਕੁਲ ਜੀ। ਉਸ ਵਿੱਚ ਤੁਸੀਂ ਆਪ ਵੀ ਦ੍ਰਿਸ਼ਟਾ ਭਾਵ ਨਾਲ ਉਸ ਪਲ ਨੂੰ ਮਾਣ ਰਹੇ ਹੁੰਦੇ ਹੋ, ਬਸ ਉਹਦੇ 'ਚ ਲਿਖਿਆ ਜਾਂਦਾ ਹੈ ਔਰ ਬੜੇ ਪਰਿਵਾਰਿਕ ਮਾਹੌਲ ਵਿੱਚ। ਮੈਂ ਦੱਸਣਾ ਚਾਹਾਂਗੀ ਕਿ ਸਤਿ ਸ਼੍ਰੀ ਅਕਾਲ ਦਾ ਮਿਊਜ਼ਿਕ ਵੀ ਰਵਿੰਦਰ ਸਿੰਘ ਜੀ ਨੇ ਦਿੱਤਾ ਸੀ ਫਿਲਮ ਦਾ, ਔਰ ਜਦੋਂ ਸਾਡੀ ਮੁਲਾਕਾਤ ਹੋਈ ਔਰ ਉਹਨਾਂ ਨੇ ਕੁਛ ਲਿਰਿਕਸ ਦੇਖੇ ਮੇਰੇ ਔਰ ਭਾਵਨਾ ਦੇਖੀ ਅਤੇ ਉਹਨਾਂ 'ਤੇ ਉਹਨਾਂ ਦੇ ਪੂਰੇ ਪਰਿਵਾਰ ਨੇ ਸੀ ਡੀ ਦੇ ਹਰ ਸਟੈਪ 'ਤੇ
ਬਹੁਤ ਹੀ ਮਦਦ ਕੀਤੀ। ਰਾਦਰ ਉਹਨਾਂ ਨੇ ਵੀ ਇਹਨੂੰ ਇਬਾਦਤ ਦੇ ਤੌਰ 'ਤੇ ਹੀ ਲਿਆ। ਵਾਹ ਜੀ। ਇਸ਼ਕ ਇਬਾਦਤ ਨੂੰ ਕਰਾਊਨ ਪ੍ਰੋਡਕਸ਼ਨ ਨੇ ਪ੍ਰੋਡਿਊਸ ਕੀਤਾ ਹੈ। ਇਸ ਦੇ ਪ੍ਰੋਡਿਊਸਰ ਹਨ ਜੀਵਨਦੀਪ ਸਿੰਘ। ਪਰ ਆਪਾਂ ਹੁਣ ਗੱਲ ਕਰਦੇ ਹਾਂ ਵੀਡੀਓ ਦੇ ਬਾਰੇ। ਅਸੀਂ ਦੇਖ ਰਹੇ ਹਾਂ ਕਿ ਜੋ ਵੀਡੀਓ ਚੈਨਲ ਦੇ ਉੱਤੇ ਚੱਲ ਰਿਹਾ, ਬੜਾ ਡਿਫਰੈਂਟ ਜਿਹਾ ਵੀਡੀਓ ਤੁਸੀਂ ਲੈ ਕੇ ਆਏ ਹੋ। ਉਸ ਦੇ ਵਿੱਚ ਇਹ ਹੈ ਕਿ ਇੱਕ ਅੰਨੀ ਕੁੜੀ ਉਸ ਦੇ ਵਿੱਚ ਹੈ, ਇਸ ਦੇ ਪਿੱਛੇ ਕੀ ਕਿਹਦੀ ਸੋਚ ਸੀ? ਆਰ ਸਵਾਮੀ ਬੜਾ ਇੱਕ ਨੋ ਨਾਂ ਹੈਗਾ ਹੁਣ ਵੀਡੀਓਗ੍ਰਾਫੀ ਵਿੱਚ। ਓਕੇ। ਉਹ ਆਏ ਹੋਏ ਸੀਗੇ ਪੰਜਾਬ। ਅੱਛਾ ਜੀ। ਅਤੇ ਰਵਿੰਦਰ ਜੀ ਨੇ ਹੀ ਉਹਨਾਂ ਨੂੰ ਅਪਰੋਚ ਕੀਤਾ, ਔਰ ਜਦੋਂ ਉਹਨਾਂ ਨੇ ਇਹਨਾਂ ਲਿਰਿਕਸ ਨੂੰ ਸੁਣਿਆ ਤਾਂ ਉਹਨਾਂ ਨੇ ਕਿਹਾ ਕਿ ਇਹਨੂੰ ਮੈਂ ਕੁਛ ਹੋਰ ਡਿਫਰੈਂਟ ਢੰਗ ਨਾਲ ਬਣਾਉਣਾ ਚਾਹਾਂਗਾ। ਅਤੇ ਟੋਟਲੀ ਉਹਨਾਂ ਦੀ ਸੋਚ ਸੀ। ਉਹਨਾਂ ਨੇ ਕਿਹਾ ਮੈਂ ਬਹੁਤ ਟਾਈਮ ਤੱਕ ਇਸ ਨੂੰ ਸੋਚਦਾ ਰਿਹਾ, ਰੋਜ਼ ਇਹ ਗੀਤ ਸੁਣ ਕੇ ਰੋਜ਼ ਮੈਂ ਇਸ ਦੇ ਬਾਰੇ ਸੋਚਦਾ ਸੀ ਕਿ ਇਹਨੂੰ ਕਿਸ ਤਰ੍ਹਾਂ ਵਿਜੁਅਲਾਈਜ਼ ਕਰਕੇ ਕਿ ਇਹਨੂੰ ਕਿਸ ਤਰ੍ਹਾਂ ਬਣਾਉਣਾ ਚਾਹੀਦਾ। ਅਤੇ ਫਾਈਨਲੀ ਉਹਨਾਂ ਨੇ ਇਹਨੂੰ ਇਸ ਤਰ੍ਹਾਂ ਪਿਕਚਰਾਈਜ਼ ਕੀਤਾ, ਜਿਹੜਾ ਬਹੁਤ ਹੀ ਖੂਬਸੂਰਤ ਢੰਗ ਬਣ ਗਿਆ। ਕਿੰਨੇ ਕੁ ਵੀਡੀਓਜ਼ ਬਣ ਚੁੱਕੇ ਨੇ ਇਸ ਐਲਬਮ ਦੇ ਵਿੱਚ? ਫਿਲਹਾਲ ਅਸੀਂ ਸਿਰਫ ਇੱਕ ਵੀਡੀਓ ਹੀ ਇਹਦਾ ਤਿਆਰ ਕੀਤਾ ਹੈ ਜੀ। ਅੱਗੇ ਕੁਛ ਪਲਾਨਸ ਨੇ ਹੋਰ ਵੀਡੀਓਜ਼ ਬਣਾਉਣ ਦੇ? ਉਸ ਦੇ ਪਲਾਨ ਦੀ ਵੇਟ ਕਰਦੀ ਹਾਂ ਜੀ। ਸਭ ਕੁਝ ਉਹਨਾਂ ਦੇ ਬਿਲਕੁਲ ਜੀ ਬਿਲਕੁਲ, ਕਿਉਂਕਿ ਮੇਰਾ ਗੀਤ ਸੰਗੀਤ ਲੇਖਣੀ ਸਭ ਕੁਛ ਉਹਨਾਂ ਕੰਮਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੂੰ ਲੈ ਕੇ ਮੇਰੀ ਜ਼ਿੰਦਗੀ ਅੱਗੇ ਚੱਲ ਰਹੀ ਹੈ। ਇਹਨਾਂ ਚੀਜ਼ਾਂ ਦੇ ਨਾਲ ਇੱਕ ਇਸਟੈਬਲਿਸ਼ਮੈਂਟ ਹੋ ਜਾਂਦੀ ਹੈ, ਔਰ ਕੀ ਹੁੰਦਾ ਹੈ ਕਿ ਤੁਸੀਂ ਆਪਣੇ ਕੰਮ ਨੂੰ ਹੋਰ ਬਿਹਤਰ ਅੰਜਾਮ ਦੇ ਸਕਦੇ ਹੋ। ਸੋ ਗੀਤਾਂ ਰਾਹੀਂ ਮੇਰੇ ਇਹ ਕੰਮ ਤਾਂ ਜ਼ਿੰਦਗੀ ਚੱਲਦੇ ਰਹਿਣਗੇ। ਵਾਹ ਜੀ ਵਾਹ। ਅਤੇ ਅਸੀਂ ਚਾਹਾਂਗੇ ਕਿ ਕੁਛ ਹੋ ਜਾਏ ਪਲੀਜ਼। ਦੱਸਾਂ ਕਿੰਨਾ ਕੁ ਮੈਂ ਰੋਈ, ਹੋ ਦੱਸਾਂ ਕਿੰਨਾ ਕੁ ਮੈਂ ਰੋਈ, ਤੇਰੇ ਗਮ ਵਿੱਚ ਮੋਈ ਮੇਰੇ ਰਾਂਝਿਆ, ਮੈਂ ਤੇਰੀ ਹੀਰ ਕਿਉਂ ਨਾ ਹੋਈ ਮੇਰੇ ਰਾਂਝਿਆ। ਵਾਹ ਜੀ ਵਾਹ ਜਸਮੀਤ ਜੀ, ਥੈਂਕ ਯੂ ਸੋ ਮਚ, ਵਾਕਈ ਮਜ਼ਾ ਆ ਗਿਆ। ਦੋਸਤੋ ਵੇਲਾ ਹੋ ਗਿਆ ਜੀ ਇੱਕ ਛੋਟੇ ਜਿਹੇ ਬ੍ਰੇਕ ਦਾ, ਕਿਧਰੇ ਨਾ ਜਾਈਓ, ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਫਸਟ ਲੁੱਕ ਦੇ ਵਿੱਚ। ਸਾਡੇ ਨਾਲ ਅੱਜ ਮੌਜੂਦ ਨੇ ਜਸਮੀਤ ਕੌਰ ਜੀ। ਜਸਮੀਤ ਕੌਰ ਜੀ, ਤੁਹਾਡੀ ਐਲਬਮ ਇਸ਼ਕ ਇਬਾਦਤ ਦੇ ਬਾਰੇ ਅਸੀਂ ਗੱਲਾਂ ਕਰ ਰਹੇ ਸੀਗੇ, ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੇ ਕਿ ਇਸ ਚੀਜ਼ ਨੂੰ ਤੁਸੀਂ ਐਜ਼ ਏ ਪ੍ਰੋਫੈਸ਼ਨ ਲੈ ਕੇ ਜਾਣਾ ਚਾਹੋਗੇ ਜਾਂ ਫਿਰ ਤੁਹਾਡਾ ਜੋ ਸ਼ੌਂਕ ਹੈ ਉਹੀ ਰਹੇਗਾ? ਇਹ ਮੇਰਾ ਸ਼ੌਂਕ ਨਹੀਂ ਜੀ, ਇਹ ਮੇਰੀ ਸਾਹਾਂ ਨਾਲ ਚੱਲਣ ਵਾਲੀ ਇੱਕ ਚੀਜ਼ ਹੈ, ਇਬਾਦਤ ਹੈ, ਜਿਹੜੀ ਕਿ ਮੇਰੀ ਜ਼ਿੰਦਗੀ ਨੂੰ ਰਵਾਨਗੀ ਦਿੰਦੀ ਹੈ। ਮੈਂ ਵੀ ਇਸ ਤਰ੍ਹਾਂ ਹੀ ਸੋਚਦੀ ਹਾਂ ਕਿ ਇੰਡੀਕੇਸ਼ਨ ਮੰਨਦੀ ਹਾਂ ਕਿ ਆਖਿਰ ਕਿਉਂ ਲਿਖਵਾ ਰਿਹਾ, ਕਿਉਂ ਗਵਾ ਰਿਹਾ, ਕੁਛ ਤਾਂ ਵਜ੍ਹਾ ਹੋਏਗੀ ਇਸ ਦੇ ਪਿੱਛੇ। ਅਤੇ ਮੈਂ ਆਪਣੇ ਇਸ ਸੰਗੀਤ ਨੂੰ ਬਹੁਤ ਹੀ ਪਿਓਰ ਔਰ ਪਾਇਸ ਤਰੀਕੇ ਦੇ ਨਾਲ ਸਿਰਫ ਸੇਵਾ ਵਜੋਂ ਹੀ ਅੱਗੇ ਲੈ ਕੇ ਜਾਣਾ ਚਾਹੁੰਦੀ ਹਾਂ, ਔਰ ਉਮੀਦ ਰੱਖਦੀ ਹਾਂ ਦਰਸ਼ਕਾਂ ਕੋਲੋਂ ਵੀ, ਸੁਣਨ ਵਾਲਿਆਂ ਕੋਲੋਂ ਵੀ, ਕਿ ਉਹ ਵੀ ਇਸ ਗੱਲ ਵਿੱਚ ਮੇਰੀ ਮਦਦ ਕਰਨਗੇ। ਕੀ ਬਾਤ! ਤੁਹਾਡੀ ਇਸ ਪ੍ਰੋਜੈਕਟ ਦੇ ਵਿੱਚ ਜਾਂ ਲਾਈਫ ਦੇ ਵਿੱਚ ਕੁਛ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਬਹੁਤ ਸਪੋਰਟ ਕੀਤਾ, ਚਾਹੇ ਉਹ ਐਲਬਮ ਦੇ ਲਈ ਕੀਤਾ ਹੋਵੇ, ਚਾਹੇ ਉਹ ਇਸ਼ਕ ਇਬਾਦਤ ਜੋ ਤੁਹਾਡੀ ਨਵੀਂ ਐਲਬਮ ਹੈ, ਦੱਸਣਾ ਚਾਹੋਗੇ? ਜੀ ਜ਼ਰੂਰ। ਜਿਹੜੀ ਸਟੋਰੀ ਬੁੱਕਸ ਨੇ ਉਹਨਾਂ ਨੂੰ ਪ੍ਰੋਫੈਸਰ ਨਿਰੰਜਨ ਤਸਨੀਮ, ਬੜੇ ਹੀ ਅਦਬੀ ਵੱਡੇ ਇਨਸਾਨ ਨੇ ਹਰ ਤਰਫੋਂ, ਉਹਨਾਂ ਨੇ ਵੀ ਬਹੁਤ ਮੈਨੂੰ ਗਾਈਡ ਕੀਤਾ ਹਮੇਸ਼ਾ ਟਾਈਮ ਟੂ ਟਾਈਮ। ਔਰ ਮੇਰੀ ਜ਼ਿੰਦਗੀ 'ਚ ਮੈਂ ਦੇਖਿਆ ਕਿ ਜਿਹੜਾ ਵੀ ਇਨਸਾਨ ਹੈ ਉਹ ਮੈਨੂੰ ਇੱਕ ਕਦਮ ਗਾਂਹ ਤੋਰਨ ਵਿੱਚ ਹੀ ਮਦਦ ਕਰਦਾ ਹੈ, ਅਤੇ ਮੈਂ ਇਸਨੂੰ ਵੀ ਰੱਬ ਦੀ ਨਿਆਮਤ ਮੰਨਦੀ ਹਾਂ। ਕੀ ਬਾਤ ਹੈ! ਕਿ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸੂਰਤ ਹਮੇਸ਼ਾ ਪਤਾਲਾਂ ਨੂੰ ਜਾਂਦੀ ਹੈ, ਤਾਂ ਮੈਂ ਦੇਖਿਆ ਕਿ ਉਹ ਜਿਸ ਤਰ੍ਹਾਂ ਹੀ ਸੂਰਤ ਥੱਲੇ ਨੂੰ ਜਾਣ ਲੱਗਦੀ ਹੈ, ਕੋਈ ਨਾ ਕੋਈ ਰੱਬ ਦਾ ਪਿਆਰਾ ਆ ਕੇ ਉਹਨੂੰ ਅੱਗੇ ਨੂੰ ਤੋਰਨ ਵਿੱਚ ਮਦਦ ਕਰਦਾ ਹੈ, ਅਤੇ ਮੈਂ ਹਰ ਪਲ ਸ਼ੁਕਰਗੁਜ਼ਾਰ ਹਾਂ। ਇਹ ਲੋਕ ਕਹਿੰਦੇ ਵੀ ਨੇ ਕਿ ਉਸ ਪਰਮਾਤਮਾ ਦੇ ਉੱਪਰ ਜੇ ਤੁਸੀਂ ਸਰੈਂਡਰ ਕਰ ਦਿੰਦੇ ਹੋ, ਸਭ ਕੁਛ ਉਸ ਪਰਮਾਤਮਾ ਦੇ ਉੱਪਰ ਸਿੱਟ ਦਿੰਦੇ ਹੋ, ਤਾਂ ਉਹ ਆਪਣੇ ਆਪ ਹੀ ਇਹੋ ਜਿਹੀਆਂ ਚੀਜ਼ਾਂ ਕਰਾ ਦਿੰਦਾ ਜੋ ਤੁਹਾਡੀ ਲਾਈਫ ਨੂੰ ਇੱਕ ਸਮੂਥ ਲਾਈਫ ਬਣਾ। ਬਿਲਕੁਲ। ਇਸੇ ਕਰਕੇ ਇਨਸਾਨ ਨੂੰ ਚੀਜ਼ਾਂ ਦੇ ਪਿੱਛੇ ਭੱਜਣਾ ਨਹੀਂ ਚਾਹੀਦਾ, ਉਸ ਉੱਤੇ ਸਰੈਂਡਰ ਕਰ ਦਿਓ, ਆਪਣੇ ਆਪ ਉਹ ਕਰੇਗਾ। ਬਿਲਕੁਲ ਜੀ। ਕਹਿਣਾ ਚਾਹਾਂਗੀ, ਇਨਾਇਤ ਜਬ ਵੀ ਹੋਤੀ ਹੈ ਮੈਂ ਬਸ ਖਾਮੋਸ਼ ਰਹਿਤੀ ਹੂੰ, ਔਰ ਖੁਦ ਵੀ ਦੇਖਾ ਕਰਤੀ ਹੂੰ ਮੈਂ ਬਸ ਉਸ ਪਾਕ ਮੰਜ਼ਰ ਕੋ। ਆਹਾ, ਕਿਆ ਬਾਤ! ਵੈਰੀ ਨਾਈਸ, ਵੈਰੀ ਨਾਈਸ। ਸੋ ਮੈਂ ਵੀ ਵਿਟਨੈਸ ਹੁੰਦੀ ਹਾਂ ਉਸਦੀ ਬਖਸ਼ੀ ਹੋਈ ਹਰ ਦਾਤ ਨੂੰ ਮਾਨਣ ਦੀ ਔਰ ਦੇਖਣ ਦੀ। ਜਸਮੀਤ ਜੀ, ਬਹੁਤ ਸਾਰੀਆਂ ਆਪਾਂ ਗੱਲਾਂ ਕੀਤੀਆਂ ਨੇ, ਹੁਣ ਤੁਹਾਡੇ ਫਿਊਚਰ ਪਲਾਨਸ ਦੇ ਬਾਰੇ ਮੈਂ ਪੁੱਛਣਾ ਚਾਹੂੰਗਾ ਕਿ ਤੁਹਾਡੇ ਫਿਊਚਰ ਪਲਾਨਸ ਕੀ ਨੇ? ਫਿਊਚਰ ਪਲਾਨਸ ਲਈ ਵੀ ਮੈਂ ਉਸਦੇ ਇੰਡੀਕੇਸ਼ਨਸ ਦੀ ਹੀ ਵੇਟ ਕਰਦੀ ਹਾਂ, ਉਹ ਜਿੱਦਾਂ ਤੁਰੇਗਾ ਉੱਦਾਂ ਹੀ ਇਹਨਾਂ ਗੀਤਾਂ ਨੂੰ ਰਵਾਨਗੀ ਮਿਲੇਗੀ। ਜਿਸ ਤਰ੍ਹਾਂ ਕਿ ਨਦੀ ਆਪਣਾ ਰਸਤਾ ਖੁਦ ਤਲਾਸ਼ ਲੈਂਦੀ ਹੈ, ਇਸ ਤਰ੍ਹਾਂ ਹੀ
जिस नू जिंदगी मिलनी होंदी है जिस चीज़ नू वो अपना रस्ता खुद तय कर लेगा। बाकी मेरी संगीत और लेखनी दा हर हरफ बस इना कम्मा नू ही समर्पित है और मैं चाहती हाँ कि जिन्नी भी जिंदगी परमात्मा ने दिती है बस वो इसे तरह अपनी मेहर ते नज़र रखे ते ये सफ़र इस तरह ही सुहाना चल रहा है। वेरी नाइस जसवीर जी, बहुत वधिया लग्या तुहाडे नाल गलबात करके। तो असीं भी यही उम्मीद करते हैं कि तुसीं जिंदगी दे विच जो भी कुछ करना चाहते हो, जो भी सोसाइटी दे लई करना चाहते हो, वो तुसीं जरूर करो ते परमात्मा दा आशीर्वाद तुहाडे ते इसे तरह बरकरार रहे। तुसीं साडे शो दे विच आए तुहाडा असीं बहुत बहुत धन्यवाद करते हैं जी। थैंक यू सो मच। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਦੋਸਤੋ, ਇਹ ਸੀ ਸਾਡੀ ਛੋਟੀ ਜੀ ਤੇ ਮਿੱਠੀ ਜੀ ਮੁਲਾਕਾਤ ਮਿੱਠੀ ਆਵਾਜ਼ ਦੀ ਮਲਿਕਾ ਜਸਮੀਤ ਕੌਰ ਦੇ ਨਾਲ। ਅਗਲੇ ਐਪੀਸੋਡ ਵਿੱਚ ਫਿਰ ਹਾਜ਼ਰ ਹੋਵਾਂਗਾ ਕੁਝ ਨਵੇਂ ਉਭਰਦੇ ਸਿਤਾਰੇ ਦੇ ਨਾਲ। ਤਦ ਤੱਕ ਆਪਣੇ ਸਾਹਿਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।